ਤੇ ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹਾਂ ਔਰ ਲਗਾਤਾਰ ਵਿਚਾਰ ਵਟਾਂਦਰਾ ਕਰ ਰਹੇ ਹਾਂ ਮਨਦੀਪ ਕੌਰ ਬਾਰੇ ਜੋ ਕਿ ਕਸ਼ਮੀਰ ਦੇ ਵਿੱਚ ਇਸ ਟਾਈਮ ਬਹੁਤ ਮੁਸ਼ਕਲਾਂ ਦਾ ਸਾਹਮਣਾ ਉਸ ਪਰਿਵਾਰ ਨੂੰ ਉਸ ਬੱਚੀ ਨੂੰ ਉਸ ਕੁੜੀ ਨੂੰ ਕਰਨਾ ਪੈ ਰਿਹਾ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਸ ਮੁਤਲਕ ਤੁਸੀਂ ਸਾਡੇ ਨਾਲ ਕੀ ਕੁਝ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕਿੱਥੋਂ ਬੋਲ ਰਹੇ ਹੋ ਹੈਲੋ ਸਤਿ ਸ਼੍ਰੀ ਅਕਾਲ ਮੈਂ ਸਿੰਦਰ ਬੋਲਿਆ ਜੀਫੋ ਜੀ ਇਸਲਾਮ ਕੋਈ ਧਰਮ ਨਹੀਂ ਹੈਗਾ ਜੀ ਇਸ ਇੱਕ ਕਲਟ ਜੀ ਇਟਸ ਅ ਵੈਰੀ ਡੀਪ ਕਲਟ ਇਹ ਔਰਤ ਨੂੰ ਮੁਰਗਾ ਬਣਾਉਂਦੇ ਸੀਗੇ ਜੀ ਤੇ ਦਾਲ ਰੋਟੀ ਖਾਂਦੇ ਸੀ ਹੁਣ ਵੱਡੇ ਲੋਕ ਬਣੇ ਆਪ ਮੁਰਗੇ ਮੁਰਗੇ ਬਣਦੇ ਬਾਹਰ ਜਾ ਕੇ ਜੋ ਸਲਾਮ ਕਰਦੇ ਆ ਪੰਜ ਮੁਰਗਾ ਬਣਦੇ ਆ ਜੀ 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 ਬਹੁਤ ਬਹੁਤ ਧੰਨਵਾਦ ਜੀ ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕਿੱਥੋਂ ਬੋਲ ਰਹੇ ਹੋ ਹਾਂਜੀ ਆਲੂਵਾਲੀਆ ਸਾਹਿਬ ਗੁਰਦੇਵ ਸਿੰਘ ਭੋਗਲ ਵੱਲੋਂ ਕਬੂਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੋਗਲ ਜੀ ਠੀਕ ਹੋ ਜੀ ਚੜ੍ਹਦੀ ਕਲਾ ਦੁਆਵਾਂ ਹੈ ਤੁਹਾਡੀ ਭਾਈ ਖਬਰ ਹੁਣ ਐਕਸਪੋਜ਼ ਹੋਣਾ ਸ਼ੁਰੂ ਹੋ ਗਿਆ ਹੈ ਮਾਮਲੇ ਆਪਣੇ ਆਪ ਉਜਾਗਰ ਹੋ ਰਹੇ ਨੇ ਤੁਹਾਡੇ ਸਾਹਮਣੇ ਆ ਰਹੇ ਨੇ ਕੀ ਕਹਿ ਰਹੀ ਹੈ ਇਸ ਵਾਰ ਤੁਹਾਡੀ ਕਲਮ ਮੇਰੀ ਕਲਮ ਇਹ ਕਹਿ ਰਹੀ ਆ ਮੈਂ ਤੁਹਾਨੂੰ ਕਲਮ ਰਾਹੀਂ ਮੈਂ ਦੋ ਚਾਰ ਹੀ ਲਾਈਨਾਂ ਬੋਲਣੀ ਆ ਤੇ ਕਿ ਮੈਂ ਜਦੋਂ ਪ੍ਰੋਗਰਾਮ ਤੁਹਾਡਾ ਸੁਣਦਾ ਹਾਂ ਜਦੋਂ ਦੁਖੀ ਹੁੰਦਾ ਤੇ ਮੈਂ ਜ਼ਰੂਰ ਕੁਛ ਕਰ ਦਿੰਦਾ ਹੁੰਦਾ ਬੈਠਾ ਬੈਠਾ ਜੀ 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 ਦੇਖੋ ਦੇਖੋ ਆਲੂਵਾਲੀਆ ਸਾਹਿਬ ਇਤਿਹਾਸ ਕਹਿੰਦਾ ਕਲਗੀਧਰ ਪਾਤਸ਼ਾਹ ਨੂੰ ਵੀ ਔਰੰਗਜ਼ੇਬ ਨੇ ਪੁੱਛਿਆ ਸੀ ਵੀ ਤੁਹਾਡਾ ਤੁਹਾਡਾ ਧਰਮ ਚੰਗਾ ਕਿ ਸਾਡਾ ਗੁਰੂ ਸਾਹਿਬ ਨੇ ਕਿਹਾ ਤੁਹਾਡਾ ਤੁਹਾਨੂੰ ਮੁਬਾਰਕ ਸਾਡਾ ਸਾਨੂੰ ਮੁਬਾਰਕ ਜੀ ਜੀ ਨੰਬਰ 2 ਗੁਰੂ ਨਾਨਕ ਪਾਤਸ਼ਾਹ ਨੇ ਸਾਰੀ ਦੁਨੀਆ ਵਿੱਚ ਜਾ ਕੇ ਇਹ ਗੱਲ ਕਹੀ ਆ ਕਿ ਹਿੰਦੂ ਪੱਕਾ ਹਿੰਦੂ ਬਣੇ ਮੁਸਲਮਾਨ ਪੱਕਾ ਮੁਸਲਮਾਨ ਬਣੇ ਸਿੱਖ ਪੱਕਾ ਸਿੱਖ ਬਣੇ ਕਦੇ ਉਹਨਾਂ ਨੇ ਕਿਹਾ ਨਹੀਂ ਕਿ ਇਹ ਧਰਮ ਇੱਕ ਜ਼ਬਰਦਸਤੀ ਕਿਸੇ ਦਾ ਧਰਮ ਬਦਲੀ ਕਰੋ ਕਦੇ RSS ਵਾਲੇ ਅੱਜ ਕਦੇ RSS ਵਾਲੇ ਕਹਿੰਦੇ ਨੇ ਸਿੱਖਾਂ ਨੂੰ ਕਿ ਤੁਸੀਂ ਕੇਸਾਧਾਰੀ ਹਿੰਦੂ ਆ ਕਦੇ ਮੁਸਲਮਾਨ ਆ ਕੁਝ ਕਰ ਰਹੇ ਨੇ ਤੇ ਜਦੋਂ ਮੈਂ ਤੁਹਾਡੀਆਂ ਗੱਲਾਂ ਸੁਣੀਆਂ ਤੇ ਮੇਰੀ ਕਲਮ ਤੁਸੀਂ ਕਹਿ ਦਿੱਤਾ ਮੈਂ ਸਿਰਫ ਅੱਧਾ ਮਿੰਟ 30 ਸਕਿੰਟ ਮਸੀਂ ਲੈਣੇ ਨੇ ਮੇਰੀ ਕਲਮ ਕੀ ਕਹਿੰਦੀ ਹੈ ਇਹ ਸੁਣੋ ਜਰਾ ਜੀ ਜੀ ਹਰਕੀਰ ਸਿੰਘ ਜੀ ਲਿਖਿਆ ਬਈ ਇਸ ਗੱਲ ਦੀ ਲੱਗੇ ਨਾ ਸਮਝ ਮੈਨੂੰ ਕਿਉਂ ਲੋਕਾਂ ਐਨੀ ਆਤਮਚਾਈ ਰੱਬਾ ਜੀ 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 ਇਸ ਗੱਲ ਦੀ ਲੱਗੇ ਨਾ ਮੈਨੂੰ ਸਮਝ ਕੋਈ ਕਿਉਂ ਲੋਕਾਂ ਐਨੀ ਆਤਮਚਾਈ ਰੱਬਾ ਓਏ ਮੰਦਿਰ ਮੱਠਾਂ ਨੂੰ ਕਰੀ ਤਬਾਹ ਜਾਂਦੇ ਮਸੀਤਾਂ ਗੁਰਦੁਆਰਿਆਂ ਜਾਂਦੇ ਢਾਈ ਰੱਬਾ ਜੀ 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 ਬਈ ਤੇਰੇ ਧਰਮ ਦੀਆਂ ਧਜੀਆਂ ਉਡਾਉਣ ਜਿਹੜੇ ਤੇਰੇ ਧਰਮ ਦੀਆਂ ਧਜੀਆਂ ਉਡਾਉਣ ਜਿਹੜੇ ਐਸੇ ਧਰਮੀਆਂ ਤੋਂ ਧਰਤ ਬਚਾਈ ਰੱਬਾ ਡੀਕ ਲਾ ਭਲਿਆਂ ਦਾ ਲਹੂ ਪੀਣ ਆਂਦੇ ਨੇ ਖਲਕਤ ਤੇਰੀ ਹੀ ਤੇਰਿਆਂ ਸਤਾਈ ਰੱਬਾ ਤੂੰ ਮਾਲਕ ਹੈ ਕੁੱਲ ਆਲਮ ਦਾ ਤੂੰ ਮਾਲਕ ਹੈ ਕੁੱਲ ਆਲਮ ਦਾ ਇਹਨਾਂ ਮਾਨਵੀ ਜਮਾਂ ਤੋਂ ਜਾਨ ਛਡਾ ਰੱਬਾ ਇਹ ਤੈਥੋਂ ਹੀ ਅੱਜ ਆਕੀ ਹੋ ਗਏ ਤੇਰੀ ਕਿਰਤ ਨੂੰ ਲਾਉਂਦੇ ਢਾ ਰੱਬਾ ਦੇਖ ਤੇਰੀ ਕਿਰਤ ਨੂੰ ਲਾਉਂਦੇ ਢਾ ਰੱਬਾ ਆਖਰੀ ਬੰਦਵਾ ਹਰਕੀਰ ਸਿੰਘ ਲਿਖਿਆ ਵੀ ਅੱਜ ਨਾ ਬੰਦੇ ਨੂੰ ਕੋਈ ਬੰਦਾ ਦਿਸਦਾ ਅੱਜ ਨਾ ਬੰਦੇ ਨੂੰ ਕੋਈ ਬੰਦਾ ਦਿਸਦਾ ਨਾ ਹੀ ਬੰਦਗੀ ਲਈ ਉਮਾ ਰੱਬਾ ਕੂੜ ਕੁਫਰ ਦੇ ਝੱਖੜ ਨੇ ਕੂੜ ਕੁਫਰ ਦੇ ਝੱਖੜ ਨੇ ਕੁੱਟ ਛੱਡਿਆ ਜੱਗ ਦਾ ਸਾਰ ਰੱਬਾ ਆਖਰੀ ਦੋ ਲਾਈਨਾਂ ਨੇ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਮੈਂ ਕਹਿਣੀ ਨਹੀਂ ਸੀ ਚਾਹੁੰਦਾ ਪਰ ਇਹ ਵਿਸ਼ਾ ਇੱਦਾਂ ਦਾ ਦੁਨੀਆਂ ਇੰਨੀ ਪਾਪੀ ਹੋ ਗਈ ਆ ਅਪਰਾਧੀ ਹੋ ਗਈ ਆ ਗੁਨਾਹਗਾਰ ਹੋ ਗਈ ਜ਼ਾਲਮ ਹੋ ਗਈ ਆ ਆਹ ਦੂਸਰੀਆਂ ਆਖਰੀ ਦੋ ਲਾਈਨਾਂ ਮੈਨੂੰ ਲਿਖਣੀਆਂ ਪਈਆਂ ਇਸ ਗੱਲ ਤੋਂ ਭੋਗਲ ਮੁਨਕਰ ਨਹੀਂ ਇਸ ਗੱਲ ਤੋਂ ਭੋਗਲ ਮੁਨਕਰ ਨਹੀਂ ਰਹਿ ਗਿਆ ਇੱਕੋ ਇੱਕ ਹੁਣ ਰਾਹ ਰੱਬਾ ਵੱਡ ਫਾਹਾ ਜ਼ਾਲਮ ਦੁਨੀਆਂ ਦਾ ਇਸਨੂੰ ਮੁੜ ਤੋਂ ਫਿਰ ਬਣਾ ਰੱਬਾ ਵੱਡ ਫਾਹਾ ਜ਼ਾਲਮ ਦੁਨੀਆਂ ਦਾ ਇਸਨੂੰ ਮੁੜ ਤੋਂ ਫਿਰ ਬਣਾ ਰੱਬਾ ਤੂੰ ਇਸਨੂੰ ਮੁੜ ਤੋਂ ਫਿਰ ਬਣਾ ਰੱਬਾ ਸ਼ਾਇਦ ਕੋ ਗੱਲ ਬਣ ਜਾਏ ਇਹ ਲੋਕੀ ਪਾਪੀ ਅਪਰਾਧੀ ਇਹ ਨਹੀਂ ਹਟਣ ਵਾਲੇ ਜੀ 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 ਬਹੁਤ ਬਹੁਤ ਧੰਨਵਾਦ ਭੋਗਲ ਜੀ ਬਹੁਤ ਸੋਹਣਾ ਲਿਖਿਆ ਤੁਸੀਂ ਅੱਜ ਦੇ ਮੁੱਦੇ ਦੇ ਮੁਤਲਕ ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕਿੱਥੋਂ ਬੋਲ ਰਹੇ ਹੋ ਹੈਲੋ ਸਤਿ ਸ਼੍ਰੀ ਅਕਾਲ ਜੀ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੋਗੇ ਹਾਂਜੀ ਭਾਜੀ ਇੱਕ ਮਿੰਟ ਗੱਲ ਕਰਨੀ ਸੀ ਮੈਂ ਗੱਲ ਤੁਹਾਨੂੰ ਪੁੱਛ ਚਾਹੁੰਦਾ ਹਾਂ ਵੀ ਜੇ ਨਿਹੰਗ ਸਿੰਘ ਪੰਜਾਬ ਦੇ ਵਿੱਚ ਇੰਡੀਆ ਵਿੱਚ ਇਹ ਕਿਉਂ ਨੀ ਉਹਦੇ ਨੂੰ ਜਾਂਦੇ ਵੀ ਆਪਣੇ ਸਿੱਖ ਧਰਮ ਨੂੰ ਬਚਾਉਣ ਵਾਸਤੇ ਜੀ 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 ਇਹ ਨਿਹੰਗ ਭਾਈ ਰੋਟੀਆਂ ਪਾੜਨ ਵਾਸਤੇ ਹੀ ਆ ਜੀ 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 ਗੁਰੂ ਗੋਬਿੰਦ ਸਿੰਘ ਜੀ ਨੇ ਤੇ ਮਤਲਬ ਹਰ ਧਰਮ ਦੀ ਰੱਖਿਆ ਕੀਤੀ ਆ ਜੀ 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 ਜਿੱਥੇ ਹੁਣ ਸਾਡੀ ਕੌਮ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ ਇਹ ਕਸ਼ਮੀਰ ਸੂਬੇ ਦੇ ਵਿੱਚ ਇਸ ਟਾਈਮ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ ਕਿ ਜੇਕਰ ਉੱਥੇ ਮੌਜੂਦ ਨੇ ਪੈਰਾ ਦੇ ਰਹੀਆਂ ਹਨ ਇਹਨਾਂ ਮਸਲਿਆਂ ਤੇ ਜ਼ਰੂਰ
ਖਨਾਜ਼ਰ ਹੋਣਗੇ ਉੱਥੇ ਉਹਨਾਂ ਸ਼ਮਤ ਹੈ ਕੱਢ ਕੇ ਆਓ ਵੀ ਆਓ ਕਰੋ ਬਣਾਓ ਸਾਨੂੰ ਮੁਸਲਮਾਨ ਜੀ 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 ਲੇਕਿਨ ਇਸ ਕੁੜੀ ਦੀ ਦਾਤ ਦੇਣੀ ਪਏਗੀ ਇਸ ਕੁੜੀ ਨੇ ਬਿਲਕੁਲ ਆਪਣਾ ਧਰਮ ਨਹੀਂ ਛੱਡਿਆ ਨੇ ਕਿਹਾ ਕਿ ਨਹੀਂ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਸਿੰਘਣੀ ਹਾਂ ਜਿਸ ਤਰੀਕੇ ਨਾਲ ਮੈਂ ਬਾਕੀ ਉਹ ਲੱਗੇ ਜੇ ਪਿੰਡਾਂ ਵਿੱਚ ਵਾ ਉਹਨਾਂ ਕਿਉਂ ਨਹੀਂ ਡਿਫੈਂਸ ਵੀ ਐਸਾ ਦਿੰਦੇ ਆਪਣੇ ਡਿਫੈਂਸ ਵਾਸਤੇ ਜੀ 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 ਬਿਲਕੁਲ ਉਹ ਨਾਤੇ ਮਰ ਜਾਣਗੇ ਉਹ ਦਿੱਲੀ ਵਾਂਗੂ ਜੀ 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 ਹਾਂਜੀ ਬਿਲਕੁਲ ਸਹੀ ਗੱਲ ਹੈ ਜੀ ਬਿਲਕੁਲ ਸਹੀ ਗੱਲ ਹੈ ਬਹੁਤ 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 ਧੰਨਵਾਦ ਬਿਲਕੁਲ ਭਾਈ ਸਾਹਿਬ ਮੈਂ ਤੁਹਾਡੀ ਗੱਲ ਸਮਝ ਪਾ ਰਿਹਾ ਜੋ ਤੁਸੀਂ ਗੱਲ ਸਾਨੂੰ ਕਹਿਣਾ ਚਾਹ ਰਹੇ ਹੋ ਬਿਲਕੁਲ ਜੋ ਲੋੜ ਹੈਗੀ ਹੈ ਸੰਸਥਾਵਾਂ ਨੂੰ ਕਿ ਉੱਥੇ ਜਾ ਕੇ ਹੁਣ ਰੋਸ ਮੁਜ਼ਾਹਰੇ ਕਰਨ ਪੈਰਾ ਦੇਣ ਇਸ ਪਰਿਵਾਰ ਨੂੰ ਸੇਵ ਕਰਨ ਅਜੇ ਹੋਰ ਵੀ ਕਈ ਪਰਿਵਾਰ ਹੋਣਗੇ ਕਸ਼ਮੀਰ ਦੇ ਵਿੱਚ ਜੋ ਇਸ ਟਾਈਮ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਣਗੇ ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕਿੱਥੋਂ ਬੋਲ ਰਹੇ ਹੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੋਗੇ ਦੇਖੋ ਅਸੀਂ ਹਰ ਵੇਲੇ ਕਸ਼ਮੀਰ ਦੇ ਮੁੱਦੇ ਤੇ ਗੱਲ ਕਰਦੇ ਆ ਨਾ ਜੀ 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 ਹੁਣ ਅੱਜ ਜੋ ਕਸ਼ਮੀਰ 'ਚ ਹੋ ਰਿਹਾ ਜੀ ਜਿਹੜਾ ਜਿਹੜਾ ਹੱਕ ਹੈਗਾ ਕਸ਼ਮੀਰ ਦਾ ਹੱਕ ਉਹਨਾਂ ਦਾ ਹੱਕ ਹੈਗਾ ਆ ਜੀ ਸਮਝ ਗਿਆ ਨਾ ਜੀ ਸੁਣਨੀ ਬਹੁਤ ਵੱਡੀ ਚੀਜ਼ ਆ ਜੀ ਵੀ ਜਿਹੜਾ 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 ਜਦੋਂ ਸਾਡੀ ਡਿਵੀਜ਼ਨ ਹੋਈ ਆ ਪਾਕਿਸਤਾਨ ਦੀ ਅਤੇ ਇੰਡੀਆ ਦੀ ਜੀ ਉਹ ਕਿੱਦਾਂ ਡਿਵੀਜ਼ਨ ਹੋਈ ਆ ਜਿਹੜਾ ਕਸ਼ਮੀਰ ਦਾ ਹੱਕ ਉਹਨਾਂ ਨੂੰ ਮਿਲਣਾ ਚਾਹੀਦਾ ਵੀ ਜੀ ਦਿਸ ਇਜ਼ ਵਾਟ ਮੈਂ ਤਾਂ ਇੰਨੀ ਗੱਲ ਕਰਨਾ ਚਾਹੁੰਦਾ ਇਸ ਤੋਂ ਵੱਧ ਜਿਹੜਾ ਉਹਨਾਂ ਦਾ ਹੱਕ ਹੈ ਉਹਨਾਂ ਨੂੰ ਦੇਣਾ ਚਾਹੀਦਾ ਬਸ ਨਹੀਂ ਕਸ਼ਮੀਰ ਨੂੰ ਹੱਕ ਮਿਲਣਾ ਚਾਹੀਦਾ ਲੇਕਿਨ ਕਸ਼ਮੀਰ ਦੇ ਵਿੱਚ ਵਸਦੇ ਜਿਹੜੇ ਕੌਮਾਂ ਹੈਗੀਆਂ ਉਹਨਾਂ ਨੂੰ ਇਹ ਥੋੜ੍ਹੀ ਨਾ ਕਿਹਾ ਜਾਏਗਾ ਕਿ ਤੁਸੀਂ ਆਪਣਾ ਧਰਮ ਪਰਿਵਰਤਨ ਕਰ ਲਓ ਕਸ਼ਮੀਰ ਨੂੰ ਹੱਕ ਮਿਲਣਾ ਚਾਹੀਦਾ ਇਹ ਤਾਂ ਜਿਹੜੇ ਮੁਲਕ ਦੇ ਸਿਆਸਤਦਾਨ ਨੇ ਜਿਹੜੇ ਇਹ ਦੋਨੋਂ ਮੁਲਕਾਂ ਦੇ ਸਿਆਸਤਦਾਨ ਨੇ ਉਹ ਡਿਸਾਈਡ ਕਰਨਗੇ ਆਪਸ ਦੇ ਵਿੱਚ ਲੇਕਿਨ ਅਸੀਂ ਇੱਥੇ ਅੱਜ ਮੁੱਦਾ ਕਰ ਰਹੇ ਹਾਂ ਕਿ ਜਿਹੜਾ ਧਰਮ ਪਰਿਵਰਤਨ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਸਿੱਖਾਂ ਨੂੰ ਕਿਹਾ ਜਾ ਰਿਹਾ ਜਬਰਨ ਕਿ ਤੁਸੀਂ ਇਸਲਾਮ ਕਬੂਲ ਕਰੋ ਨਹੀਂ ਦੇਖੋ ਹਕੀਕਤ ਸਹੀ ਕੋਈ ਬੰਦਾ ਕਿਸੇ ਨੂੰ ਕਹਿ ਨਹੀਂ ਕਹਿੰਦਾ ਧਰਮ ਕਬੂਲ ਕਰਨ ਲਈ ਜੀ ਪਰ ਲੋਕੀ ਆਪਣੇ ਆਪ ਨੂੰ ਕਬੂਲ ਕਰ ਲੈਂਦੇ ਪਏ ਅਸੀਂ ਕ੍ਰਿਸਚਨ ਬਣਨਾ ਅਸੀਂ ਫਲਾਨੀ ਚੀਜ਼ ਕਰਨੀ ਅਸੀਂ ਫਲਾਨੀ ਧਰਮ ਜਾਣਾ ਕੋਈ ਬੰਦਾ ਕਿਸੇ ਨੂੰ ਕੋਈ ਨਹੀਂ ਕਹਿੰਦਾ ਵੀ ਜਿਹੜਾ ਜਿਹੜਾ ਕਸ਼ਮੀਰੀ ਦਾ ਹੱਕ ਹੈ ਕਸ਼ਮੀਰੀਆਂ ਨੂੰ ਮਿਲਣਾ ਚਾਹੀਦਾ ਮੈਂ ਤੁਹਾਡੀ ਗੱਲ ਤੋਂ ਸਹਿਮਤ ਨਹੀਂ ਹੈ ਜੀ ਬਿਲਕੁਲ ਵੀ 1% ਤੁਹਾਡੀ ਗੱਲ ਤੋਂ ਸਹਿਮਤ ਨਹੀਂ ਹੈਗਾ ਕਿ ਕੋਈ ਕਿਸੇ ਨੂੰ ਕਹਿੰਦਾ ਨਹੀਂ ਇਹ ਤੁਸੀਂ ਆਪਣੇ ਅੱਖਾਂ ਤੋਂ ਸਾਹਮਣੇ ਵੇਖਿਆ ਕਿ ਕੌਣ ਕਿਸ ਨੂੰ ਕਹਿ ਰਿਹਾ ਔਰ ਉਹਨਾਂ ਨੂੰ ਅਸੀਂ ਲੈ ਕੇ ਆਏ ਹਾਂ ਔਰ ਕੋਸ਼ਿਸ਼ ਰੱਖਾਂਗੇ ਬਿਲਕੁਲ ਕਿ ਅਸੀਂ ਉਹਨਾਂ ਨੂੰ ਲਗਾਤਾਰ ਲੈ ਕੇ ਆਵਾਂਗੇ ਬਿਲਕੁਲ ਸਾਹਮਣੇ ਔਰ ਉਹਨਾਂ ਨੂੰ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਉੱਤੇ ਕੋਈ ਸਟ੍ਰਿਕਟ ਐਕਸ਼ਨ ਹੋ ਚੁੱਕੇ ਲੇਕਿਨ ਫਿਲਹਾਲ ਅਜੇ ਖਬਰ ਇਹ ਹੀ ਸਾਹਮਣੇ ਆਈ ਸੀਗੀ ਕਿ ਮਨਦੀਪ ਕੌਰ ਨੂੰ ਜਬਰਨ ਕਿਹਾ ਜਾ ਰਿਹਾ ਔਰ ਮਨਦੀਪ ਕੌਰ ਦੇ ਫਾਦਰ ਸਾਹਿਬ ਆਏ ਨੇ ਜਿਨ੍ਹਾਂ ਨੇ ਇਸ ਮੁਤਲਕ FIR ਵੀ ਲਾਂਚ ਕਰਾਈ ਹੈ ਵਾਈਸ ਚਾਂਸਲਰ ਦੇ ਉੱਤੇ ਵੀ ਪ੍ਰੈਸ਼ਰ ਪਾਇਆ ਲੇਕਿਨ ਵਾਈਸ ਚਾਂਸਲਰ ਨੇ ਵੀ ਮਦਦ ਨਹੀਂ ਕੀਤੀ ਮੈਂ ਬਿਲਕੁਲ ਤੁਹਾਡੀ ਗੱਲ ਤੋਂ ਸਹਿਮਤ ਨਹੀਂ ਹਾਂ ਤੁਹਾਨੂੰ ਸਪੋਰਟ ਕਰਨੀ ਚਾਹੀਦੀ ਹੈ ਖੁੱਲ੍ਹ ਕੇ ਸਾਹਮਣੇ ਆਉਣਾ ਚਾਹੀਦਾ ਔਰ ਜੇ ਪੂਰਾ ਪੂਰੀ ਸਿੱਖ ਸੰਗਤ ਸਪੋਰਟ ਕਰ ਰਹੀ ਹੈ ਤਾਂ ਤੁਸੀਂ ਇਸ ਟਾਈਮ ਕਸ਼ਮੀਰ ਦੇ ਜਿਹੜੇ ਹੱਕ ਨੇ ਉਹਨਾਂ ਦੀ ਗੱਲ ਨਹੀਂ ਕਰ ਸਕਦੇ ਜਿਹੜੇ ਸਿੱਖਾਂ ਦੇ ਹੱਕ ਨੇ ਮੈਨੂੰ ਲੱਗਦਾ ਉਹ ਗੱਲ ਕਰਨ ਦੀ ਲੋੜ ਹੈਗੀ ਹੈ ਜੋ ਕਿ ਸਾਡੀ ਕੌਮ ਦਾ ਜੱਜਤ ਬੋਲਬਾਲਾ ਆਇਆ ਅਤੇ ਅਜਿਹੇ ਲੋਕ ਸਾਹਮਣੇ ਆਏ ਹਨ ਉਹਨਾਂ ਨੇ ਮਜਬੂਰ ਕੀਤਾ ਸਾਡੀ ਆਵਾਜ਼ ਨੂੰ ਦਬਾਉਣ ਦੀ ਸਾਡੀ ਆਵਾਜ਼ ਨੂੰ ਖਤਮ ਕਰਨ ਦੀ ਲੇਕਿਨ ਮੈਨੂੰ ਲੱਗਦਾ ਕਿ ਜਿਹੜੇ ਸਾਡੇ ਵਿਊਅਰਸ ਨੇ ਜਿਹੜੇ ਸਾਡੇ ਭਰਾ ਨੇ ਜਿਹੜੇ ਸਾਡੀ ਕੌਮ ਹੈ ਉਹ ਕਦੀ ਵੀ ਨਹੀਂ ਘਬਰਾਊਗੀ ਔਰ ਆਉਣ ਵਾਲੇ ਸਮੇਂ ਦੇ ਨਾਲ ਵੀ ਇਸੇ ਤਰੀਕੇ ਨਾਲ ਡਟ ਕੇ ਕੰਮ ਕਰੂਗੀ ਔਰ ਡਟ ਕੇ ਆਪਣੇ ਹੱਕਾਂ ਦੇ ਲਈ ਲੜਾਈ ਕਰੂਗੀ ਲੇਕਿਨ ਮੈਂ ਤੁਹਾਡੀ ਗੱਲ ਤੋਂ ਬਿਲਕੁਲ ਸਹਿਮਤ ਨਹੀਂ ਹੈਗਾ ਜੋ ਤੁਸੀਂ ਗੱਲ ਇਸ ਟਾਈਮ ਕਹੀ ਲੇਕਿਨ ਜੇਕਰ ਤੁਸੀਂ ਮੈਨੂੰ ਇਸ ਮੁਤਲਕ ਕੁਛ ਵੀ ਲਿਖਣਾ ਚਾਹੁੰਦੇ ਹੋ ਔਰ ਇਸ ਮੁਤਲਕ ਕੁਛ ਵੀ ਕਹਿਣਾ ਚਾਹੁੰਦੇ ਹੋ ਤਾਂ ਹੇਠ ਲਿਖੀ ਈਮੇਲ ਆਈਡੀ ਦੇ ਉੱਤੇ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ info@justbroadcasting.com ਦੇ ਉੱਤੇ ਹਰਕੀਰਤ @justbroadcasting.com ਦੇ ਉੱਤੇ ਔਰ ਸਾਡੀ ਟੀਮ ਦੀ ਕੋਸ਼ਿਸ਼ ਰਹੇਗੀ ਕਿ ਇਸ ਖਬਰ ਦੇ ਉੱਤੇ ਪੈਰਾ ਦੇਈਏ ਔਰ ਖਬਰ ਦੇ ਉੱਤੇ ਅਸੀਂ ਪੈਰਾ ਦੇ ਵੀ ਰਹੇ ਹਾਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤੁਹਾਨੂੰ ਅਪਡੇਟ ਦੇਵਾਂਗੇ ਵੀ ਕਿ ਕੀ ਕੁਛ ਵਾਪਰ ਰਿਹਾ ਇਸ ਪਰਿਵਾਰ ਦੇ ਨਾਲ ਔਰ ਕੀ ਕੁਛ ਹੋ ਗਿਆ ਹੈ ਇਸ ਪਰਿਵਾਰ ਦੇ ਨਾਲ ਫਿਲਹਾਲ ਅੱਜ ਦੇ ਮੁੱਦੇ ਦੇ ਵਿੱਚ ਨਹੀਂ ਮੈਨੂੰ ਹਰਕੀਰਤ ਸਿੰਘ ਆਲੂਵਾਲੀਆ ਅਤੇ ਮੇਰੀ ਪੂਰੀ ਟੀਮ ਨੂੰ ਦਵੋ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ